ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਚੈਨਲ ਪੰਜਾਬੀ ਕਿਚਨ 'ਚ। ਅੱਜ ਮੈਂ ਬਣਾਉਣ ਵਾਲੀ ਹਾਂ ਬਿਲਕੁਲ ਮੁੰਬਈ ਦਾ ਸਟਰੀਟ ਫੂਡ, ਯਾਨੀ ਕਿ ਇੱਥੇ ਬੰਬੇ 'ਚ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੈ, ਕ੍ਰਿਸਪੀ ਭਜੀਆ। ਆਪਾਂ ਜਿਹੜੇ ਪੰਜਾਬੀ ਭਜੀਆ ਬਣਾਉਂਦੇ ਹਾਂ ਉਹ ਥੋੜ੍ਹਾ ਜਿਹਾ ਨਰਮ ਹੁੰਦਾ ਹੈ, ਇੰਨਾ ਕੁਰਕੁਰਾ ਨਹੀਂ ਹੁੰਦਾ। ਪਰ ਜਿਹੜਾ ਮੁੰਬਈ 'ਚ ਖਾਧਾ ਜਾਂਦਾ ਹੈ ਇਹਦਾ ਤਰੀਕਾ ਬਣਾਉਣ ਦਾ ਥੋੜ੍ਹਾ ਜਿਹਾ ਅਲੱਗ ਆ। ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ, ਔਰ ਇਹਦੇ ਭਜੀਆ ਬਣਾਉਣ ਵਾਸਤੇ, ਇਹ ਪਕੌੜੇ ਬਣਾਉਣ ਵਾਸਤੇ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਹੁੰਦਾ। ਸਿਰਫ ਉਸੇ ਹੀ ਕਰਕੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਆ ਔਰ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ। ਅਤੇ ਚਲੋ ਸ਼ੁਰੂ ਕਰਦੇ ਹਾਂ ਮਸਤ ਗਰਮਾ ਗਰਮ ਮੁੰਬਈ ਦਾ ਭਜੀਆ ਬਣਾਉਣ ਵਾਸਤੇ। ਇਹ ਪਕੌੜੇ ਬਣਾਉਣ ਵਾਸਤੇ ਇੱਥੇ ਮੈਂ 2 ਗੰਨਿਆਂ ਦਾ ਇਸਤੇਮਾਲ ਕੀਤਾ ਹੈ। ਤੁਸੀਂ ਜਿੰਨੇ ਜ਼ਿਆਦਾ ਲੋਕ ਖਾਣ ਵਾਲੇ ਉਸ ਹਿਸਾਬ ਨਾਲ ਗੰਨਿਆਂ ਦੀ ਜਿਹੜੀ ਕੁਆਂਟਿਟੀ ਉਹ ਘੱਟ ਵੱਧ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਹਾਨੂੰ ਗੰਢੇ ਨੂੰ ਇਸ ਤਰੀਕੇ ਨਾਲ ਵਿੱਚੋਂ ਕੱਟ ਲੈਣਾ, ਔਰ ਕੱਟਣ ਤੋਂ ਬਾਅਦ ਇਹਦੀ ਜਿਹੜੀ ਗੰਢ ਆ ਉਹਨੂੰ ਕੱਢ ਦੇਣਾ ਹੈ। ਇਹ ਗੰਢ ਜਿਹੜੀ ਹੈ ਕੱਢਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੇ ਸਲਾਈਸ ਕਰਨ ਤੋਂ ਬਾਅਦ ਇਹ ਗੰਢਾ ਜਿਹੜਾ ਇਹਨੂੰ ਆਪਾਂ ਵੱਖਰਾ ਵੱਖਰਾ ਕਰ ਲੈਣਾ ਹੈ, ਔਰ ਜੇ ਤੁਸੀਂ ਗੰਢ ਨਹੀਂ ਕੱਢੋਗੇ ਤਾਂ ਜਿਹੜਾ ਗੰਢਾ ਹੈ ਇਹ ਵੱਖਰਾ ਨਹੀਂ ਹੋਏਗਾ। ਇਸ ਤਰੀਕੇ ਨਾਲ ਤੁਸੀਂ ਸਲਾਈਸ ਕਰ ਲਓ। ਸਲਾਈਸ ਜਿਹੜੇ ਆ ਤੁਹਾਡੇ ਬਹੁਤ ਜ਼ਿਆਦਾ ਮੋਟੇ ਵੀ ਨਹੀਂ ਹੋਣੇ ਚਾਹੀਦੇ, ਬਹੁਤ ਜ਼ਿਆਦਾ ਬਰੀਕ ਵੀ ਨਹੀਂ ਹੋਣੇ ਚਾਹੀਦੇ, ਬਿਲਕੁਲ ਮੀਡੀਅਮ ਤਰੀਕੇ ਦੇ ਤੁਸੀਂ ਟੁਕੜੇ ਕਰ ਲੈਣੇ ਆ ਗੰਢੇ ਦੇ ਇਸ ਤਰੀਕੇ ਨਾਲ, ਔਰ ਬਾਅਦ 'ਚ ਇਹਨੂੰ ਆਪਾਂ ਅਲੱਗ ਅਲੱਗ ਕਰਾਂਗੇ। ਉਹ ਮੈਂ ਤੁਹਾਨੂੰ ਨਾਲ ਦੇ ਨਾਲ ਦੱਸਦੀ ਰਹੂੰਗੀ। ਗੰਢੇ ਤੋਂ ਇਲਾਵਾ ਇਹਦੇ ਵਿੱਚ ਆਪਾਂ ਪਾਵਾਂਗੇ ਹਰੀਆਂ ਮਿਰਚਾਂ। ਤੁਸੀਂ ਕੋਈ ਵੀ ਹਰੀਆਂ ਮਿਰਚਾਂ 3 ਜਾਂ 4 ਦੇ ਵਿੱਚ ਪਾ ਸਕਦੇ ਹੋ, ਉਹਨੂੰ ਵੀ ਤੁਸੀਂ ਬਰੀਕ ਕੱਟ ਲੈਣਾ ਹੈ। ਮਿਰਚਾਂ ਦੇ ਇਲਾਵਾ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਧਨੀਆ ਪਾ ਸਕਦੇ ਹੋ, ਕਸੂਰੀ ਮੇਥੀ ਪਾ ਸਕਦੇ ਹੋ, ਬਹੁਤ ਕੁਛ ਪਾ ਸਕਦੇ ਹੋ, ਜੋ ਵੀ ਤੁਹਾਨੂੰ ਪਸੰਦ ਹੈ। ਮੈਂ ਇੱਥੇ ਫਿਲਹਾਲ ਸਿਰਫ ਗੰਢਾ ਔਰ ਹਰੀਆਂ ਮਿਰਚਾਂ ਦਾ ਹੀ ਇਸਤੇਮਾਲ ਕਰੂੰਗੀ। ਹਰੀਆਂ ਮਿਰਚਾਂ ਦਾ ਸਵਾਦ ਇਹ ਪਕੌੜਿਆਂ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ, ਇਸ ਕਰਕੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਤੁਸੀਂ ਜ਼ਰੂਰ ਪਾਓ। ਹੁਣ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਸਾਨੂੰ ਕਰਨੀ ਹੈ ਉਹ ਹੈ ਹੱਥਾਂ ਨਾਲ ਇਸ ਤਰ੍ਹਾਂ ਮਲਣਾ ਆ ਗੰਢਿਆਂ ਨੂੰ, ਤਾਂ ਕਿ ਇਹਦੇ ਜਿਹੜੇ ਲੱਛੇ ਉਹ ਬਿਲਕੁਲ ਅਲੱਗ ਅਲੱਗ ਹੋ ਜਾਣ, ਇਹ ਸੈਪਰੇਟ ਹੋ ਜਾਣ। ਇਹ ਅਗਰ ਅਲੱਗ ਨਹੀਂ ਹੋਣਗੇ ਔਰ ਤੁਸੀਂ ਇਸ ਤਰ੍ਹਾਂ ਹੀ ਇਹਦੇ ਵਿੱਚ ਅਗਰ ਬੇਸਣ ਪਾ ਦਿਓਗੇ ਤਾਂ ਗੰਢਾ ਜਿਹੜਾ ਹੈ, ਕਿਉਂਕਿ ਆਪਸ 'ਚ ਅਲੱਗ ਨਹੀਂ ਹੋਇਆ ਇਸ ਕਰਕੇ ਇਹਦੇ ਮੋਟੇ ਮੋਟੇ ਪਕੌੜੇ ਬਣਗੇ ਔਰ ਉਹ ਕ੍ਰਿਸਪੀ ਨਹੀਂ ਲੱਗਣਗੇ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਗੰਢਿਆਂ ਨੂੰ ਇਸ ਤਰ੍ਹਾਂ ਹੱਥਾਂ ਨਾਲ ਮਲ ਕੇ ਬਿਲਕੁਲ ਵੱਖਰਾ ਵੱਖਰਾ ਕਰ ਲਓ, ਤਾਰ ਤਾਰ ਕਰ ਲਓ। ਇਸ ਤਰੀਕੇ ਨਾਲ ਤਾਰ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਇਹਦੇ ਅੰਦਰ ਚੀਜ਼ ਪਾਉਣੀ ਹੈ ਉਹ ਹੈ ਲੂਣ। ਹੁਣ ਲੂਣ ਆਪਾਂ ਕਿਉਂ ਸਭ ਤੋਂ ਪਹਿਲਾਂ ਪਾਉਂਦੇ ਹਾਂ? ਤਾਂ ਕਿ ਗੰਢਾ ਜਿਹੜਾ ਆਪਣਾ ਪਾਣੀ ਛੱਡਣਾ ਸ਼ੁਰੂ ਕਰ ਦੇ। ਤੁਸੀਂ ਸਾਰੇ ਜਾਣਦੇ ਹੋ ਕਿ ਕੋਈ ਵੀ ਜਿਹੜੀ ਹਰੀ ਸਬਜ਼ੀ ਆ, ਗੰਢਾ ਆ ਜਾਂ ਕੋਈ ਵੀ ਸਬਜ਼ੀ ਆ, ਉਹਦੇ ਵਿੱਚ ਜਦੋਂ ਆਪਾਂ ਲੂਣ ਪਾਉਂਦੇ ਹਾਂ ਔਰ ਉਹਨੂੰ ਥੋੜ੍ਹੀ ਦੇਰ ਵਾਸਤੇ ਰੱਖਦੇ ਹਾਂ ਅਤੇ ਆਪਣਾ ਪਾਣੀ ਛੱਡਣਾ ਸ਼ੁਰੂ ਕਰਦਾ ਹੈ। ਇਸ ਕਰਕੇ ਇਹਦੇ ਅੰਦਰ ਆਪਾਂ ਲੂਣ ਪਾਵਾਂਗੇ ਸਵਾਦ ਅਨੁਸਾਰ। ਉਹਦੇ ਨਾਲ ਹੀ ਮੈਂ ਪਾਈ ਹੈ ਲਾਲ ਮਿਰਚ ਦਾ ਪਾਊਡਰ, ਔਰ ਕੋਈ ਵੀ ਗਰਮ ਮਸਾਲਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲ ਹੈਗਾ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਉਣਾ ਹੈ। ਅਗਰ ਮੈਂ ਤੁਹਾਨੂੰ ਕੁਆਂਟਿਟੀ ਦੱਸਾਂ ਤਾਂ 2 ਗੰਢਿਆਂ 'ਚ ਮੈਂ ਅੱਧਾ ਛੋਟਾ ਚਮਚਾ ਲਾਲ ਮਿਰਚ ਔਰ ਵੱਡਾ ਅੱਧਾ ਚਮਚਾ ਗਰਮ ਮਸਾਲਾ ਪਾਇਆ ਹੈ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕੱਟ ਤਿੱਖਾ ਚਟਪਟਾ ਜਿਸ ਤਰ੍ਹਾਂ ਚਾਹੋ ਉਸ ਤਰ੍ਹਾਂ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਹੈ। ਹਾਂ, ਇੱਕ ਚੀਜ਼ ਮੈਂ ਇਹਦੇ ਅੰਦਰ ਪਾਉਣਾ ਭੁੱਲ ਗਈ ਹਾਂ, ਉਹ ਆ ਹਲਦੀ। ਹਲਦੀ ਇਸ ਕਰਕੇ ਪਾਵਾਂਗੇ ਕਿਉਂਕਿ ਜਿਹੜਾ ਕਲਰ ਆਉਂਦਾ ਆ ਪਕੌੜਿਆਂ ਦਾ ਬਹੁਤ ਵਧੀਆ ਆਉਂਦਾ ਹਲਦੀ ਦੀ ਵਜ੍ਹਾ ਤੋਂ। ਇਸ ਕਰਕੇ ਤੁਸੀਂ ਅੱਧਾ ਛੋਟਾ ਚਮਚਾ ਇਹਦੇ ਅੰਦਰ ਹਲਦੀ ਵੀ ਪਾ ਲਓ। ਹੁਣ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਤੁਸੀਂ 5 ਮਿੰਟ ਇਸ ਤਰ੍ਹਾਂ ਹੀ ਗੰਢਿਆਂ ਨੂੰ ਛੱਡ ਦੇਣਾ ਹੈ ਤਾਂ ਕਿ ਉਹ ਥੋੜ੍ਹਾ ਆਪਣਾ ਪਾਣੀ ਜਿਹੜਾ ਹੈ ਉਹ ਛੱਡ ਦੇਣ। ਜਿਸ ਤਰ੍ਹਾਂ ਹੀ ਗੰਢਿਆਂ 'ਚ ਪਾਣੀ ਛੁੱਟਣਾ ਸ਼ੁਰੂ ਹੋ ਜਾਂਦਾ ਤੁਸੀਂ ਇਹਦੇ ਅੰਦਰ ਬੇਸਣ ਪਾਉਣਾ ਹੈ। ਹੁਣ ਬੇਸਣ ਜਿਹੜਾ ਹੈ ਉਹ ਤੁਸੀਂ ਇਕੱਠਾ ਨਹੀਂ ਪਾਓ, 1-1 ਚਮਚਾ ਕਰਕੇ ਆਪਾਂ ਇਹਦੇ ਅੰਦਰ ਬੇਸਣ ਪਾਉਣਾ ਹੈ। ਬੇਸਣ ਬਹੁਤ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ, ਘੱਟ ਵੀ ਨਹੀਂ ਹੋਣਾ ਚਾਹੀਦਾ। ਬਸ ਸਾਨੂੰ ਓਨਾ ਹੀ ਬੇਸਣ ਪਾਉਣਾ ਹੈ ਕਿ ਗੰਢੇ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੀ ਇਹਦੀ ਇੱਕ ਪਰਤ ਕਹਿ ਲਓ ਜਾਂ ਕੋਟਿੰਗ ਕਹਿ ਲਓ ਉਹ ਬਣ ਜਾਏ ਔਰ ਗੰਢਾ ਜਿਹੜਾ ਆਪਸ 'ਚ ਜੁੜਨਾ ਸ਼ੁਰੂ ਹੋ ਜਾਏ। ਬੇਸਣ ਇੱਥੇ ਸਿਰਫ ਕੰਮ ਕਰਦਾ ਗੰਢਿਆਂ ਨੂੰ ਆਪਸ 'ਚ ਚਿਪਕਾਉਣ ਦਾ ਔਰ ਥੋੜ੍ਹੀ ਜਿਹੀ ਹਲਕੀ ਜਿਹੀ ਉੱਤੇ ਦੀ ਕੋਟਿੰਗ ਬਣਨ ਦਾ। ਜਿਸ ਤਰ੍ਹਾਂ ਆਪਾਂ ਪੰਜਾਬੀ ਲੋਕ ਪਕੌੜੇ ਬਣਾਉਂਦੇ ਹਾਂ ਬਹੁਤ ਸਾਰਾ ਬੇਸਣ ਪਾਣੀ ਵਗੈਰਾ ਪਾ ਦਿੰਦੇ ਹਾਂ, ਗੰਢੇ ਦਾ ਸਵਾਦ ਘੱਟ ਆਉਂਦਾ ਹੈ, ਬੇਸਣ ਦਾ ਜ਼ਿਆਦਾ ਆਉਂਦਾ ਹੈ, ਇਹ ਉਸ ਤਰੀਕੇ ਦੇ ਪਕੌੜੇ ਨਹੀਂ ਆ। ਇਹ ਥੋੜ੍ਹੇ ਮੁੰਬਈ ਸਟਾਈਲ ਪਕੌੜੇ ਆ ਜਿਹਦੇ ਵਿੱਚ ਬੇਸਣ ਘੱਟ ਹੀ ਲੱਗਦਾ ਹੈ, ਪਾਣੀ ਤਾਂ ਬਿਲਕੁਲ ਹੀ ਨਹੀਂ ਲੱਗਦਾ। ਅਤੇ ਇਸੇ ਕਰਕੇ ਜਦੋਂ ਆਪਾਂ ਇਹਨੂੰ ਤੇਲ ਦੇ ਵਿੱਚ ਫਰਾਈ ਕਰਦੇ ਹਾਂ ਬਹੁਤ ਜ਼ਿਆਦਾ ਕੁਰਕੁਰੇ ਔਰ ਕ੍ਰਿਸਪੀ ਲੱਗਦੇ ਆ। ਇਸ ਤਰੀਕੇ ਨਾਲ 1-1 ਚਮਚਾ, 3 ਜਾਂ 4 ਚਮਚੇ ਤੁਹਾਨੂੰ ਟੋਟਲ ਲੱਗਣਗੇ, 5 ਵੀ ਲੱਗ ਸਕਦੇ ਆ, ਲੇਕਿਨ ਮੈਂ ਤੁਹਾਨੂੰ ਇਹੀ ਆਖੂੰਗੀ ਕਿ ਤੁਸੀਂ 1-1 ਚਮਚਾ ਕਰਕੇ ਬੇਸਣ ਇਹਦੇ ਵਿੱਚ ਪਾਓ ਤਾਂ ਕਿ ਤੁਹਾਨੂੰ ਸਹੀ ਤਰੀਕੇ ਨਾਲ ਪਤਾ ਚੱਲ ਜਾਏ ਕਿ ਕਿੰਨਾ ਬੇਸਣ ਪਾਉਣਾ ਹੈ। ਆਈ ਥਿੰਕ ਇੱਥੇ ਹੁਣ ਬਰਾਬਰ ਹੋ ਚੁੱਕਾ ਹੈ, ਬਸ ਇੰਨਾ ਹੀ ਬੇਸਣ ਹੋਣਾ ਚਾਹੀਦਾ ਹੈ, ਥੋੜ੍ਹਾ ਗੰਢਾ ਨਜ਼ਰ ਆਉਣਾ ਚਾਹੀਦਾ, ਥੋੜ੍ਹਾ ਬੇਸਣ ਨਜ਼ਰ ਆਉਣਾ ਚਾਹੀਦਾ ਹੈ। ਇਸ ਤਰੀਕੇ ਨਾਲ ਤੁਸੀਂ ਇਹਨੂੰ ਬਾਈਂਡ ਕਰ ਲਓ। ਜਦੋਂ ਤੁਹਾਨੂੰ ਲੱਗੇ ਕਿ ਗੰਢੇ ਜਿਹੜੇ ਆਪਸ 'ਚ ਜੁੜਨੇ ਸ਼ੁਰੂ ਹੋ ਗਏ ਆ, ਇਹਦਾ ਮਤਲਬ ਇਹ ਤੋਂ ਅੱਗੇ ਸਾਨੂੰ ਬੇਸਣ ਪਾਉਣ ਦੀ ਲੋੜ ਨਹੀਂ ਹੈ। ਹੁਣ ਆਪਾਂ ਪਕੌੜੇ ਤਲਣ ਵਾਸਤੇ ਕੜਾਈ ਵਿੱਚ ਤੇਲ ਗਰਮ ਕਰਾਂਗੇ। ਤੇਲ ਚੰਗੇ ਤਰੀਕੇ ਨਾਲ ਗਰਮ ਕਰ ਲਓ ਔਰ ਜਿਸ ਤਰ੍ਹਾਂ ਹੀ ਤੇਲ ਗਰਮ ਹੋ ਜਾਂਦਾ ਹੈ ਹਲਕਾ ਜਿਹਾ ਮੀਡੀਅਮ ਕਰ ਦਾਂਗੇ ਆਪਾਂ, ਮੀਡੀਅਮ ਤੋਂ ਹਾਈ ਦੇ ਵਿੱਚ ਰੱਖਾਂਗੇ, ਜ਼ਿਆਦਾ ਵੀ ਮੀਡੀਅਮ ਨਹੀਂ ਕਰਨਾ।
एक पकौड़ा मैं पा के वेख लिया वधिया तलिया गया है। चलो हुण मतलब तेल दी जिहड़ी हीट है एकदम वधिया गर्म आ, हुण आपां एक एक करके इहदे अंदर पकौड़े पाउणा शुरू करांगे। जदों तुसीं इहदे अंदर पकौड़े पाउंदे हो एक होर गल दा तुसीं ध्यान रखना है कि गोल गोल शेप नहीं आउणी चाहीदी। आपां भल्ले या वड़े नहीं बनाउणे, आपां इत्थे पकौड़े बनाउणे आ। और पकौड़ियां दी जिहड़ी शेप हुंदी आ उह ते टेढ़ी मेढ़ी हुंदी आ, ते आपां इत्थे उस तरहां दे ही पकौड़े पाउणे आ कि इह तिखे तिखे कितों लगण, कितों विंगे टेढ़े जिहे लगण। इहो जिहे पकौड़े वेखण नूं वी सोहणे लगदे आ, क्रिस्पी और कुरकुरे बनते हैं, खाने च बहुत ज़्यादा स्वाद होंगे। तो तुसी भी इस तरह ही टेढ़े मेढ़े जे पकौड़े तुसी तेल के अंदर ड्रॉप कर दो, तुसी उन्ना ही भजिए पाओ, उन्ने ही पकौड़े पकाओ पाओ जिनी तेल के अंदर जगह है, ज़्यादा नहीं पा दो। नहीं तो जिहड़ा पकौड़े उहदे अंदर बहुत ज़्यादा तेल हो जाएगा, क्योंकि तेल ठंडा हो जाएगा। तुसी ज़्यादा पकौड़े इकट्ठे पा दोगे तो तेल ठंडा हो जाता है और उहदे करके पकौड़े च हमेशा तेल रह जाता है। ये वाली टिप मेरी हमेशा याद रखो, बहुत ज़्यादा तुहानू क्राउडेड नहीं करना तेल नू, जिन्नी जगह है उन्ने पकौड़े पाओ। इनू गोल्डन ब्राउन होण दो जो तक वधिया इहदे अंदर कलर नहीं आ जाता, और तुहानू इह नहीं लगता कि जिहड़े पकौड़े वधिया क्रिस्पी नहीं बन चुके, उदों तक तुसीं इह पकौड़िआं नू बाहर नहीं कढ़ना। एक वार फिर तुहानू याद दिलाउंदा, इह जिहड़ी तेल आ इहदी जिहड़ी फ्लेम आ थल्लिओं उह मीडियम तों हाई दे विच आ। लो नहीं करनी, मीडियम नहीं करनी, हाई नहीं करनी, तुसी मीडियम और हाई दे विच गैस रखना है। चलो एक पूर साडा निकल चुकिया, हुण दूसरा बैच भी इहदे अंदर पावांगे। तुसी वेख्या किन्ने सोहणे लगण डए सी, जिहड़े गंढे सी वखरा वखरा नज़र आउण डिआ सी। तुसी चाहो तो इहतों थोड़ा ज़्यादा भी बेसन पा सकदे हो, फिर थोड़े जिहे घट कुरकुरे बणदे आ, उस तरहां भी बहुत स्वाद बणदे आ। पर बहुत ज़्यादा बेसन नहीं पा देणा, मेन है गंढिआं दे पकौड़े आ ते बेसन बेसन दा स्वाद आ उह इन्ने वधिया नहीं लगदे। तो इस तरीके ना तुसीं दूसरा तीसरा पूर कढ़ो, गर्मा गर्म पकौड़े बनाओ। सब तो वधिया तो लगते हैं जे तुसीं चाह दे नाल खाओ, जे तुहानू चाह ना नहीं पसंद। तो कुछ पंजाबी लोग बही रोटी दे नाल भजिया खाना बहुत पसंद करते हैं, मैनू खुद बहुत पसंद है। सवेर दी बनी हुई रोटी होए और गर्मा गर्म पकौड़े होण ते खाण च बहुत ज़्यादा मज़ा आता है। इहदे नाल तुसीं मिर्चां तल सकते हो हरियां वालियां, वह भी बड़ी टेस्टी लगती है। चाह नाल खाओ, ब्रैड दे नाल खाओ, पाओ दे नाल खाओ, बही रोटी दे नाल खाओ, जिस तरह तुहानू पसंद है उस तरह तुसी ये गर्मा गर्म वधिया पकौड़े इंजॉय करो। बस यही सी साडी सिंपल जी रेसिपी। आई होप तुहानू ये वीडियो और रेसिपी पसंद आई होएगी। अगर पसंद आई तो वीडियो नू लाइक करो, चैनल पर पहली बार हो तो सबसक्राइब करके बैल आइकन भी दबा दो, ताकि फ्यूचर च अगर मैं कोई भी वीडियो पावां तो उन्हें तुसी मिस ना करो। अजले बस इन्ना ही, हुण मैं इंजॉय करदी हाँ गर्मा गर्म पकौड़े, तुसीं भी बनाओ और फैमिली नूं खुश करो।